ਸਤਿ ਸ਼੍ਰੀ ਅਕਾਲ, ਮੈਂ ਲਵ ਮਹਿਤਾ। ਸਾਰਿਆਂ ਨੂੰ ਮੇਰਾ ਜੀ ਹਾਇਆ ਨੂੰ। ਇਹ ਜਿਹੜਾ ਟਾਈਮ ਹੈ, ਜੋ ਡਿਫੀਕਲਟ ਟਾਈਮ ਅਸੀਂ ਸਾਰੇ ਫੇਸ ਕਰ ਰਹੇ ਹਾਂ, ਪੂਰੀ ਵਰਲਡ ਫੇਸ ਕਰ ਰਹੀ ਹੈ ਕਰੋਨਾ ਵਾਇਰਸ ਦੇ ਕਾਰਨ, ਇਹਨੂੰ ਲੜਨ ਦਾ ਇੱਕ ਹੀ ਤਰੀਕਾ ਹੈ ਕਿ ਅਸੀਂ ਜੋ ਸਾਡੇ ਅਥਾਰਿਟੀਜ਼, ਜੋ ਸਰਕਾਰ ਕਹਿੰਦੀ ਹੈ, ਉਹ ਗੱਲ ਮੰਨੋ। ਪਲੀਜ਼, ਵੀ ਹੈਵ ਟੂ ਸਟੇ ਐਟ ਹੋਮ। ਇਹ ਮਤਲਬ ਇਹ ਜਿਹੜਾ ਫੈਲਦਾ ਹੈ, ਇਹ ਇੱਕ ਦੂਜੇ ਨਾਲ ਫੈਲਦਾ ਹੈ, ਅਤੇ ਇਸ ਕਰਕੇ ਸਾਨੂੰ ਡਿਸਟੈਂਸ ਮੇਨਟੇਨ ਕਰਨਾ ਬਹੁਤ 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 ਜ਼ਰੂਰੀ ਹੈ। ਔਰ ਇਹ ਜੋ ਵੀ ਰਿਸਰਚ ਹੋਈ ਹੈ, ਇਹ ਦੁਨੀਆ ਦੇ ਪੈਟਰਨ ਨੂੰ ਦੇਖ ਕਰਕੇ, ਜੋ ਬਾਕੀ ਦੇ ਕੰਟਰੀਜ਼ ਨੇ ਫੇਸ ਕੀਤਾ ਹੈ, ਉਸ ਨੂੰ ਦੇਖ ਕਰਕੇ ਇਹ ਡਿਸੀਜਨ ਲਈ ਹੈ। ਅਤੇ ਪਲੀਜ਼ ਤੁਸੀਂ ਇਸ ਨੂੰ ਮੰਨੋ, ਪਲੀਜ਼ ਇਸ ਨੂੰ ਡਿਲੀਜੈਂਟਲੀ ਡਿਸਿਪਲਿਨ ਨਾਲ ਫੋਲੋ ਕਰੋ। ਔਰ ਦੇਖੋ, ਅਰਦਾਸ ਕਰੋ ਕਿ ਇਹ ਜਲਦ ਤੋਂ ਜਲਦ ਨਿਕਲ ਜਾਏ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਸੱਚਾ ਪਾਤਸ਼ਾਹ ਸਾਨੂੰ ਇਸ ਡਿਫੀਕਲਟੀ ਤੋਂ ਵੀ ਨਿਕਾਲ ਦੇਣਗੇ। ਘਰ ਆਪਣੇ ਆਪਣਾ ਟਾਈਮ ਆਪਣੀ ਫੈਮਿਲੀ ਨਾਲ ਸਪੈਂਡ ਕਰੋ। ਔਰ ਪਲੀਜ਼, ਮੇਰੀ ਅਪੀਲ ਹੈ ਕਿ ਹਰ ਚੀਜ਼ ਜੋ ਤੁਹਾਨੂੰ ਦੱਸੀ ਜਾਂਦੀ ਹੈ ਅਥੋਰਿਟੀਜ਼ ਦੇ, ਉਹ ਓਨਲੀ ਜੋ ਅਥੋਰਿਟੀਜ਼ ਕਹਿੰਦੇ ਨੇ ਉਹਨੂੰ ਫੋਲੋ ਕਰੋ। ਵਟਸਐਪ 'ਤੇ ਜਿਹੜੇ ਰਿਊਮਰਸ ਨੇ, ਉਸ ਰਿਊਮਰਸ ਨੂੰ ਤੁਸੀਂ ਧਿਆਨ ਨਾ ਦਿਓ ਬਿਲਕੁਲ ਵੀ। ਔਰ ਆਪਣਾ, ਆਪਣੇ ਪਰਿਵਾਰ ਦਾ ਖਿਆਲ ਰੱਖੋ। ਸਟੇ ਸੇਫ, ਸਟੇ ਐਟ ਹੋਮ।